ਜਦ ਲਾਈਟਿੰਗ ਤੇ ਬਾਥ ਐਕਸਪਰਟਸ ਹੋਣ ਆਪਣੇ ਕੋਲ ਤਾਂ ਫਿਰ ਹੋਰ ਕਿਤੇ ਜਾਣ ਦੀ ਕੀ ਲੋੜ। ਪਿਛਲੇ 21 ਸਾਲਾਂ ਤੋਂ ਕਿਚਨ ਤੇ ਬਾਥ ਪ੍ਰੋਡਕਟਸ ਦੇ ਬ੍ਰਾਂਡਡ ਲਾਈਟਿੰਗ ਲਈ ਹਰ ਇੱਕ ਸੂਝਵਾਨ ਗਾਹਕ ਸੇਵ ਮੋਰ ਲਾਈਟਿੰਗ ਤੇ ਹੀ ਆਉਂਦੇ ਹਨ, ਕਿਉਂਕਿ ਇੱਥੇ ਉਹਨਾਂ ਨੂੰ ਨਾ ਸਿਰਫ ਮਿਲਦੇ ਹਨ ਉੱਚ ਮਿਆਰ ਦੇ ਪ੍ਰੋਡਕਟਸ, ਪਰ ਨਾਲ ਹੀ ਨਾਲ ਨੌਲੇਜੇਬਲ ਟ੍ਰੇਨਡ ਸਟਾਫ ਦਿੰਦਾ ਹੈ ਪਰਸਨਲਾਈਜ਼ਡ ਸਰਵਿਸ। ਰਿਲਾਇਬਿਲਿਟੀ, ਸਰਵਿਸ ਤੇ ਐਕਸਪਰਟਿਸ ਲਈ ਮਸ਼ਹੂਰ ਸੇਵ ਮੋਰ ਲਾਈਟਿੰਗ, ਯੂਨਿਟ 137, 12639, 80th ਐਵਨਿਊ, ਸਰੀ। ਕਦੀ ਕੋਈ ਰਸੀਦ ਮੰਗਦੇ ਆ, ਕਦੀ ਕੋਈ ਰਿਪੋਰਟ ਮੰਗਦੇ ਆ। ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਪਾਂ ਚੱਲਦੇ ਆ ਗੋਲਡ ਸੀਲ ਐਡਜਸਟਰ। ਅੱਗ, ਪਾਣੀ ਜਾਂ ਚੋਰੀ ਤੋਂ ਹੋਏ ਨੁਕਸਾਨ ਵਿੱਚ ਇੰਸ਼ੋਰੈਂਸ ਕੰਪਨੀ ਤੋਂ ਵਧੀਆ ਰਾਹਤ ਲਈ ਗੋਲਡਨ ਸ਼ੀਲਡ ਐਡਜਸਟਰਸ ਨੂੰ ਯਾਦ ਰੱਖੋ। ਅਸੀਂ ਇਸ ਤਰ੍ਹਾਂ ਦੇ ਕਈ ਲੋਕਾਂ ਦੀ ਮਦਦ ਕਰ ਚੁੱਕੇ। We have over 40 years of adjusting experience. ਮੁਆਵਜ਼ਾ ਮਿਲਣ ਤੋਂ ਬਾਅਦ ਹੀ ਫੀਸ ਲਈ ਜਾਏਗੀ। ਗੋਲਡਨ ਸ਼ੀਲਡ ਐਡਜਸਟਰਸ। ਸਿੱਖਾਂ ਦੀਆਂ ਬਹੁਤ ਸਾਰੀਆਂ ਕੰਟਰੀਬਿਊਸ਼ਨਸ ਨੇ ਦੁਨੀਆ ਭਰ ਵਿੱਚ, ਜਿੱਥੇ ਵੀ ਸਿੱਖ ਰਹਿੰਦੇ ਨੇ ਉਹਨਾਂ ਨੇ ਜਿੱਥੇ ਵੀ ਜਿਸ ਵੀ ਫੀਲਡ ਵਿੱਚ ਗਏ ਉੱਥੇ ਕੋਈ ਨਾ ਕੋਈ ਕਾਮਯਾਬੀ ਹਾਸਲ ਕੀਤੀ। ਲੇਕਿਨ ਉਸ ਦੇ ਨਾਲ ਨਾਲ ਅੱਜ ਬਹੁਤ ਸਾਰੇ ਐਸੇ ਚੈਲੇਂਜਸ ਵੀ ਹਨ ਜਿਨ੍ਹਾਂ ਦੇ ਨਾਲ ਅਸੀਂ ਜੂਝ ਰਹੇ ਹਾਂ, ਅਤੇ ਉਹਦੇ ਵਾਸਤੇ ਕੋਈ ਨਾ ਕੋਈ ਸਾਨੂੰ ਐਸੀ ਸੋਚ ਦੀ ਅਖਤਿਆਰ ਕਰਨ ਦੀ ਲੋੜ ਹੈ ਜਿਸ ਨਾਲ ਕਿ ਅਸੀਂ ਉੱਤੇ ਫਤਿਹ ਪ੍ਰਾਪਤ ਕਰ ਸਕੀਏ। ਉਸੇ ਦੇ ਤਹਿਤ ਆਓ ਅੱਜ ਗੱਲਬਾਤ ਕਰਦੇ ਹਾਂ ਗੁਰਮੰਤ ਗਰੇਵਾਲ ਨਾਲ, ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਹਨ, ਉਸ ਤੋਂ ਇਲਾਵਾ ਇੱਕ ਕਮਿਊਨਿਟੀ ਐਕਟਿਵਿਸਟ ਹਨ, ਅਤੇ ਹਾਲ ਹੀ ਵਿੱਚ ਇਹਨਾਂ ਨੂੰ 100 ਮੋਸਟ ਇਨਫਲੂਐਂਸ਼ੀਅਲ ਸਿੱਖਸ ਆਫ ਦ ਵਰਲਡ ਵਿੱਚ 28th ਨੰਬਰ ਹਾਸਲ ਹੋਇਆ। ਆਓ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਕਿ ਇਹ ਕੀ ਮਹਿਸੂਸ ਕਰਦੇ ਨੇ, ਕਿਹੜੇ ਉਹ ਚੈਲੇਂਜਸ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ, ਅਤੇ ਡਾਇਲੋਗ ਰਾਹੀਂ ਕੋਈ ਨਾ ਕੋਈ ਰਸਤਾ ਲੱਭਣਾ ਚਾਹੀਦਾ ਜਿਸ ਨਾਲ ਕਿ ਅਸੀਂ ਕਾਮਯਾਬ ਹੋ ਸਕੀਏ। ਸਵਾਗਤ ਕਰਦੇ ਹਾਂ ਗੁਰਮੰਤ ਸਿੰਘ ਗਰੇਵਾਲ ਦਾ। ਜੀ ਹਾਂ ਜੀ, ਵੈਲਕਮ ਟੂ ਦ। ਥੈਂਕ ਯੂ ਜੀ। ਸੋ ਗੁਰਮੰਤ ਜੀ, ਜਿੱਥੇ ਅਕੰਪਲਿਸ਼ਮੈਂਟਸ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਅਕੰਪਲਿਸ਼ਮੈਂਟਸ ਸਾਡੀਆਂ ਹੋਈਆਂ ਜਿਹੜੇ ਵੀ ਮੁਲਕ ਵਿੱਚ ਗਏ, ਪੋਲੀਟਿਕਸ ਹੋਵੇ, ਇਕਨੋਮਿਕਸ ਹੋਵੇ, ਜਾਂ ਸਪੋਰਟਸ ਹੋਵੇ, ਜਾਂ ਕੋਈ ਹੋਰ ਫੀਲਡ ਹੋਵੇ, ਉੱਥੇ ਅਸੀਂ ਨਾਮ ਨਾ ਖੱਟਿਆ। ਪਰ ਅੱਜ ਕਮਿਊਨਿਟੀ ਲੈਵਲ ਦੇ ਉੱਤੇ ਜਦ ਅਸੀਂ ਗੱਲਬਾਤ ਕਰਦੇ ਹਾਂ ਘਰਾਂ ਵਿੱਚ ਬੈਠ ਕੇ, ਤਾਂ ਬਹੁਤ ਸਾਰੇ ਐਸੇ ਚੈਲੇਂਜਸ ਵੀ ਨੇ ਜਿਨ੍ਹਾਂ ਨਾਲ ਅਸੀਂ ਜੂਝ ਰਹੇ ਹਾਂ। ਤੁਸੀਂ ਕੀ ਸਮਝਦੇ ਹੋ, ਕਿਹੜੇ ਉਹ ਚੈਲੇਂਜਸ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ? ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੈਪਟ ਕਰਨਾ ਚਾਹੀਦਾ ਹੈ, ਅਤੇ ਫਿਰ ਉਹਨਾਂ 'ਤੇ ਕੁਝ ਕਰਨਾ ਵੀ ਚਾਹੀਦਾ ਹੈ। ਬਿਲਕੁਲ ਠੀਕ ਹੈ ਜੀ। ਦੇਖੋ, ਜੇ ਅਸੀਂ ਰੈਕੋਗਨਾਈਜ਼ ਨਹੀਂ ਕਰਾਂਗੇ ਸਾਡੇ ਚੈਲੇਂਜਸ ਕੀ ਨੇ, ਹਾਊ ਵਿਲ ਵੀ ਪਲਾਨ ਟੂ ਫਿਕਸ ਦੈਮ? ਰਾਈਟ। ਹੁਣ ਜਦੋਂ ਮਿਲਵਾਕੀ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਇੱਕ ਚੀਜ਼ ਸਾਹਮਣੇ ਆਈ ਕਿ ਸੋਲੀਡੈਰਿਟੀ ਸਾਰੇ ਸਿੱਖਾਂ ਨੇ ਦਿਖਾਈ ਆਲ ਓਵਰ ਦ ਵਰਲਡ ਜੀ। ਇੱਥੋਂ ਤੱਕ ਕਿ ਅਮੈਰੀਕਨ ਗਵਰਨਮੈਂਟ ਦੇ ਸਟੂਡ, ਆਈ ਥਿੰਕ ਦੇ ਵੈਂਟ ਐਕਸਟਰਾ ਮਾਈਲ ਟੂ ਸਟੈਂਡ ਬਿਹਾਈਂਡ ਸਿੱਖਸ। ਰਾਈਟ। ਹੁਣ ਜਿਹੜਾ ਜਦੋਂ ਅਸੀਂ ਸਿੱਖਾਂ ਦੀ ਅਕੰਪਲਿਸ਼ਮੈਂਟ ਦੀ ਗੱਲਾਂ ਕਰਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਅਕੰਪਲਿਸ਼ਮੈਂਟ ਨੂੰ ਪ੍ਰੋਪਰਲੀ ਹਾਈਲਾਈਟ ਨਹੀਂ ਕਰ ਸਕੇ। ਫਿਰ ਉਸ ਤੋਂ ਬਾਅਦ ਜਿਹੜੇ ਚੈਲੇਂਜਸ ਨੇ ਉਹਨਾਂ ਨੂੰ ਅਸੀਂ ਪ੍ਰੋਪਰਲੀ ਰੈਕੋਗਨਾਈਜ਼ ਨਹੀਂ ਕਰਦੇ। ਰਾਈਟ। ਫੋਰਗੈਟ ਅਬਾਊਟ ਸਟ੍ਰੈਟੇਜਿਕ ਪਲੈਨਿੰਗ ਟੂ ਹੈਂਡਲ ਦੈਮ। ਸੋ ਮੈਂ ਕੁਛ ਚੈਲੇਂਜਸ ਆਪਣੀ ਸਪੀਚ ਦੇ ਵਿੱਚ ਹਾਈਲਾਈਟ ਕੀਤੇ ਸੀ ਲੰਡਨ ਦੇ ਵਿੱਚ ਜੀ, ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਜਿਹੜਾ ਉਹ ਅਵਾਰਡ ਤੁਹਾਨੂੰ ਜਿਹੜਾ ਮਿਲਿਆ? ਹਾਂਜੀ, ਜਿਹੜਾ ਵਰਲਡ ਸਿੱਖ ਅਵਾਰਡ ਮਿਲਿਆ ਸੀ। ਓਕੇ। ਉੱਥੇ ਮੈਂ ਥੋੜ੍ਹਾ ਐਕਸਟਰਾ ਟਾਈਮ ਲੈ ਕੇ ਇਹ ਸਪੈਸੀਫਿਕਲੀ ਸਾਰਿਆਂ ਨੂੰ ਝੰਝੋਲਣਾ ਚਾਹੁੰਦਾ ਸੀ ਤਾਂ ਕਿ ਅਸੀਂ ਇੱਕ ਅਵੇਅਰਨੈਸ ਕ੍ਰੀਏਟ ਕਰ ਸਕੀਏ। ਰਾਈਟ। ਹੁਣ ਦੇਖੋ, ਜਿਹੜੇ ਚੈਲੇਂਜਸ ਨੇ, ਜੇ ਆਪਾਂ ਉਹਨਾਂ ਨੂੰ ਕੁਛ ਹਾਈਲਾਈਟ ਕਰਦੇ ਹਾਂ, ਸਿੱਖਾਂ ਦੇ ਮਿਸਕਨਸੈਪਸ਼ਨ ਅਬਾਊਟ ਦੇਅਰ ਇਮੇਜ ਅਤੇ ਉਹਨਾਂ ਦੀ ਆਈਡੈਂਟੀ, ਜਿਹੜੀ ਕਿ ਸਿੱਖਾਂ ਦੇ ਲਈ ਇੱਕ ਪ੍ਰੋਬਲਮ ਬਣਦੀ ਰਹਿੰਦੀ ਹੈ ਸਮੇਂ ਸਮੇਂ ਦੇ, ਚਾਹੇ ਦਸਤਾਰ ਆ, ਚਾਹੇ ਸਾਡੇ ਕਕਾਰ ਨੇ ਜਾਂ ਹੋਰ ਚੀਜ਼ਾਂ ਨੇ। ਇਸ ਤੋਂ ਇਲਾਵਾ ਸਿੱਖਾਂ 'ਤੇ ਜਿਹੜੇ ਅਟੈਕ ਹੋ ਰਹੇ ਨੇ ਹੇਟ ਕਰਕੇ ਜਾਂ ਰੇਸਿਜ਼ਮ ਕਰਕੇ, ਡਿਸਕ੍ਰਿਮੀਨੇਸ਼ਨ ਕਰਕੇ ਜਾਂ ਸਾਡੀ ਮਿਸਟੇਕਨ ਆਈਡੈਂਟੀ ਕਰਕੇ, ਰਾਈਟ, ਉਹ ਜਿਹੜੇ ਚੈਲੇਂਜਸ ਨੇ ਉਹ ਫਿਊਚਰ ਦੇ ਵਿੱਚ ਹੋਰ ਸੀਰੀਅਸ ਹੋਣਗੇ। ਓਕੇ। ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਜਾਓ, ਮੈਂ ਤੁਸੀਂ ਜਿਹੜੀ ਪੰਜ ਕਕਾਰਾਂ ਦੀ ਗੱਲ ਕੀਤੀ, ਇਫ ਮਾਈ ਰਿਕਾਲ, ਤੁਸੀਂ ਪਹਿਲੇ ਮੈਂਬਰ ਪਾਰਲੀਮੈਂਟਸ ਹੋ ਜਿਨ੍ਹਾਂ ਨੇ ਕਿ ਹਾਰਡ ਹੈਟ ਅਤੇ ਜਿਹੜਾ ਦਸਤਾਰ ਧਰ ਕੇ RCMP ਵਿੱਚ ਬਲਤੇਜ ਸਿੰਘ ਢਿੱਲੋਂ ਦਾ ਮੁੱਦਾ ਸੀ, ਇਸ ਨੂੰ ਵੀ ਤੁਸੀਂ ਬੜਾ ਅੱਗੇ ਚੁੱਕਿਆ ਸੀ, ਅਤੇ ਤੁਸੀਂ ਵੀ ਬੜਾ ਕੁਛ ਫੇਸ ਤੁਹਾਨੂੰ ਕਰਨਾ ਪਿਆ ਸੀ, ਅਖਬਾਰਾਂ 'ਚ ਵੀ ਬਹੁਤ ਕੁਛ ਤੁਹਾਡੇ ਖਿਲਾਫ, ਤੁਸੀਂ ਕਿਵੇਂ ਉਸ ਨੂੰ ਟੈਕਲ ਕੀਤਾ ਸੀ? ਕਿਉਂਕਿ ਇਹ ਮੁੱਦੇ ਜਿਹੜੇ ਨੇ, ਆਫਟਰ ਆਲ ਵੀ ਆਰ ਲਿਵਿੰਗ ਇਨ ਕੈਨੇਡਾ ਜਾਂ ਜਿਹੜੇ ਵੀ ਵੈਸਟਰਨ ਮੁਲਕ ਅਸੀਂ ਰਹਿ ਰਹੇ ਹਾਂ, ਸੋ ਜਿੱਥੇ ਸਾਨੂੰ ਅਫਕੋਰਸ ਆਪਣੇ ਇਹਨਾਂ ਪੰਜ ਕਕਾਰਾਂ 'ਤੇ ਜਾਂ ਆਪਣੇ ਕਲਚਰ ਦੇ ਉੱਤੇ ਮਾਣ ਹੈ, ਪਰ ਸਾਨੂੰ ਦੱਸਣ ਵਾਸਤੇ ਵੀ ਆਫਟਰ ਆਲ ਕੁਝ ਨਾ ਕੁਝ ਡਿਪਲੋਮੇਸੀ ਜਾਂ ਸਹੀ ਤਰੀਕੇ ਨਾਲ ਅੱਗੇ ਜਾਣਾ ਪੈਂਦਾ। ਸੋ ਇਫ ਯੂ ਕੈਨ ਥੋੜ੍ਹਾ ਜਿਹਾ ਸਾਨੂੰ ਇਸ ਪਾਸੇ ਲੈ ਕੇ। ਵੈਰੀ ਕੁਇਕਲੀ, ਜਦੋਂ ਇਹ ਪੰਜ ਕਕਾਰਾਂ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਰੇਜ਼ ਹੋਇਆ ਸੀਗਾ, ਤਾਂ ਮੈਂ ਆਪਣੇ ਲੀਡਰ ਨੂੰ ਨਾਲ ਬਿਠਾ ਕੇ, ਆਪਣੀ ਪਾਰਟੀ ਦੇ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ ਨਾਲ ਬਿਠਾ ਕੇ, ਮੈਂ ਇਸ ਇਸ਼ੂ ਨੂੰ ਬੜੇ ਵਿਸਥਾਰ ਸਹਿਤ ਸਿੱਖੀ ਪੁਆਇੰਟ ਆਫ ਵਿਊ ਦੇ ਨਾਲ ਹਾਈਲਾਈਟ ਕੀਤਾ ਸੀ। ਭਾਵੇਂ ਮੈਂ ਇੱਕ ਸਿੱਖ ਲੀਡਰ ਨਹੀਂ, ਮੈਂ ਪੋਲੀਟੀਸ਼ੀਅਨ ਹਾਂ, ਠੀਕ, ਪਰ ਪਾਰਲੀਮੈਂਟ ਦੇ ਵਿੱਚ ਐਜ਼ ਏ ਸਿੱਖ ਮੈਂ ਮਾਣ ਦੇ ਨਾਲ ਆਪਣੇ ਆਪ ਨੂੰ ਸਿੱਖ ਕਹਿਣਾ, ਅਤੇ ਮੈਂ ਉਹਨਾਂ ਇਸ਼ੂਜ਼ ਨੂੰ ਮੈਂ ਪ੍ਰੋਪਰਲੀ ਹਾਈਲਾਈਟ ਕੀਤਾ ਸੀ ਤਾਂ ਕਿ ਉਹਨਾਂ ਨੂੰ ਲਾਅ ਮੇਕਰਸ ਨੂੰ ਪਤਾ ਲੱਗੇ, ਰਾਈਟ, ਕਿ ਅਸੀਂ ਜਦੋਂ ਦਸਤਾਰ ਦੀ ਗੱਲ ਕਰਦੇ ਹਾਂ ਜਾਂ ਪੰਜਾਂ ਕਕਾਰਾਂ ਦੀ ਗੱਲ ਕਰਦੇ ਹਾਂ, ਉਹਦੀ ਬੈਕਗ੍ਰਾਊਂਡ ਕੀ ਹੈ, ਠੀਕ, ਅਤੇ ਕਈ ਵਾਰੀ ਤੁਹਾਨੂੰ ਵੀ ਰੇਸਿਜ਼ਮ ਸਾਹਮਣੇ ਕਰਨੀ ਪੈਂਦੀ ਹੈ ਸਾਰਿਆਂ ਦੇ ਲਈ, ਸਾਡੇ ਲਈ ਮੰਨੀਏ ਚਾਹੇ ਨਾ ਮੰਨੀਏ ਗਲਾਸ ਸੀਲਿੰਗ ਹੈ, ਰਾਈਟ, ਸਾਨੂੰ ਨਜ਼ਰ ਨਹੀਂ ਆਉਂਦੀ ਪਰ ਜਦੋਂ ਅਸੀਂ ਸਿਰ ਚੁੱਕਦੇ ਹਾਂ ਵਿੱਚ ਵੱਜਦਾ, ਐਬਸੋਲੂਟਲੀ, ਅਤੇ ਉਹ ਜਿਹੜਾ ਰੇਸਿਜ਼ਮ ਜਾਂ ਉਹਦੇ ਨਾਲ ਹੋਰ ਵੀ ਬਹੁਤ ਲੋਕ ਅਫੈਕਟਡ ਨੇ, ਅਤੇ ਜਿਹੜਾ ਬੰਦਾ ਇਸ਼ੂ ਰੇਜ਼ ਕਰਦਾ
ਕੁਛ ਇਨਫੋਰਮੇਸ਼ਨ ਦਿੱਤੀ ਜਿਹਦੇ ਬੇਸਿਸ ਤੇ ਉਹਨਾਂ ਇਸ਼ੂਜ਼ ਨੂੰ ਹੈਂਡਲ ਕੀਤਾ ਗਿਆ ਰਾਈਟ ਸੋ ਮਸਲਾ ਇਸ ਤੋਂ ਇਹ ਚੀਜ਼ ਅਸੀਂ ਡਿਡਕਟ ਕਰ ਸਕਦੇ ਹਾਂ ਕਿ ਐਕਸਪਲੇਨੇਸ਼ਨ ਦੀ ਲੋੜ ਹੈ ਸਮਝਾਉਣ ਦੀ ਲੋੜ ਹੈ ਨਾ ਕਿ ਜ਼ਬਰਦਸਤੀ ਕੋਈ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰਨੇ ਕਈ ਵਾਰੀ ਉਹਦਾ ਬੈਕਫਾਇਰ ਵੀ ਹੋ ਸਕਦੀ ਹੈ ਆਪਾਂ ਅੱਗੇ ਜਾ ਕੇ ਹੋਰ ਵੀ ਗੱਲ ਕਰਾਂਗੇ ਪਰ ਇਹ ਜਿਹੜਾ ਇਸ਼ੂ ਹੈ ਨਾ ਇਹਨੂੰ ਅਸੀਂ ਸਟ੍ਰੈਟੇਜੀਕਲੀ ਜੇ ਹੈਂਡਲ ਕਰਾਂਗੇ ਰਾਈਟ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਬੇਸਿਸ ਬੇਸਡ ਔਨ ਫੈਕਟਸ ਐਂਡ ਇਨਫੋਰਮੇਸ਼ਨ ਰਾਈਟ ਤਾਂ ਅਸੀਂ ਡੈਫੀਨਿਟਲੀ ਅੱਗੇ ਪ੍ਰੋਸੀਡ ਵਧੀਆ ਤਰੀਕੇ ਨਾਲ ਕਰਾਂਗੇ ਹੋਰ ਕਿਹੜੇ ਚੈਲੰਜਸ ਹੋਰ ਚੈਲੰਜਸ ਨੇ ਜੀ ਕਿ ਲੈਕ ਆਫ ਵਿਜ਼ਨ ਲੈਕ ਆਫ ਗੋਲ ਰਾਈਟ ਲੈਕ ਆਫ ਸਟ੍ਰੈਟੇਜੀ ਲੈਕ ਆਫ ਪ੍ਰੋਪਰ ਲੋਬਿੰਗ ਹੁਣ ਮੈਂ ਜੋ ਮੈਂਬਰ ਆਫ ਪਾਰਲੀਮੈਂਟ ਸੀ ਮੈਂ ਬਾਕੀ ਦੇ ਕਮਿਊਨਿਟੀ ਦੇ ਲੋਕਾਂ ਨੂੰ ਪਾਰਲੀਮੈਂਟ 'ਚ ਲੋਬੀ ਕਰਦਿਆਂ ਨੂੰ ਦੇਖਿਆ ਰਾਈਟ ਸਿੱਖਾਂ ਨੇ ਪ੍ਰੋਪਰਲੀ ਲੋਬੀ ਨਹੀਂ ਕੀਤੀ ਅਤੇ ਜਦੋਂ ਅਸੀਂ ਦੇਖਦੇ ਹਾਂ ਜੂਜ਼ ਵੱਲ ਜਾਂ ਹੋਰ ਕਮਿਊਨਿਟੀਜ਼ ਨੇ ਮਸਲਮਸ ਵੀ ਵੀਕ ਨੇ ਲੋਬੀ ਕਰਨ ਦੇ ਵਿੱਚ ਠੀਕ ਪਰ ਸਿੱਖ ਸ਼ਾਇਦ ਉਹਨਾਂ ਨਾਲੋਂ ਵੀ ਜ਼ਿਆਦਾ ਵੀਕ ਨੇ ਲੋਬੀ ਕਰਨ ਦੇ ਵਿੱਚ ਇਫ ਆਈ ਮੇ ਆਸਕ ਯੂ ਬਲੰਟਲੀ ਕਿ ਜਦੋਂ ਤੁਸੀਂ ਇਹ ਇਸ਼ੂਜ਼ ਨੂੰ ਰੇਜ਼ ਕਰਦੇ ਸੀ ਕਿ ਕਮਿਊਨਿਟੀ ਵੱਲੋਂ ਜਿਹੜੀ ਤੁਸੀਂ ਸਪੋਰਟ ਐਕਸਪੈਕਟ ਕਰਦੇ ਸੀ ਕਿ ਤੁਹਾਨੂੰ ਮਿਲਦੀ ਸੀ ਦੇਖੋ ਕਮਿਊਨਿਟੀ ਵੱਲੋਂ ਸਪੋਰਟ ਨਹੀਂ ਮਿਲਦੀ ਰਾਈਟ ਇਕੱਲਾ ਮੈਂ ਹੀ ਨਹੀਂ ਹੋਰ ਵੀ ਜਿਹੜੇ ਲੀਡਰ ਨੇ ਜੇ ਕੋਈ ਸਿੱਖਾਂ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਨਹੀਂ ਮਿਲਦੀ ਦੁਨੀਆ ਭਰ ਦੇ ਵਿੱਚ ਠੀਕ ਕਿਉਂਕਿ ਉਹ ਅੱਗੇ ਜਾ ਕੇ ਫਿਰ ਹੋਰ ਆਪਾਂ ਗੱਲਾਂ ਡਿਸਕਸ ਕਰਦੇ ਹਾਂ ਉਹਦੇ ਕਈ ਕਾਰਨ ਨੇ ਰਾਈਟ ਪਰ ਜੇ ਕਮਿਊਨਿਟੀ ਉਹ ਇਸ ਕਰਕੇ ਨਹੀਂ ਹੈ ਕਿਉਂਕਿ ਇੱਕ ਤਾਂ ਸਾਡੀ ਵਿਜ਼ਨ ਨਹੀਂ ਸਾਡੇ ਵੱਲੋਂ ਰਾਈਟ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਹਾਂ ਇੱਕ ਅਸੀਂ ਪ੍ਰੋਪਰ ਸਟ੍ਰੈਟਜੀ ਨਹੀਂ ਬਣਾ ਸਕੇ ਠੀਕ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਹੈਂਡਲ ਕਰਨਾ ਰਾਈਟ ਹਰ ਇੱਕ ਬੰਦੇ ਨੂੰ ਹਰ ਇੱਕ ਇੰਸਟੀਟਿਊਸ਼ਨ ਗੁਰਦੁਆਰਾ ਸਾਹਿਬ ਜਾਂ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਆਪੋ ਆਪਣੇ ਤਰੀਕੇ ਨਾਲ ਹੈਂਡਲ ਕਰ ਰਹੇ ਨੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਆਰਗੇਨਾਈਜ਼ ਢੰਗ ਦੇ ਨਾਲ ਨਹੀਂ ਕਰ ਰਹੇ ਉੱਥੇ ਫੇਲ ਹੁੰਦੇ ਆ ਉੱਥੇ ਅਸੀਂ ਫੇਲ ਹੁੰਦੇ ਹਾਂ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਇਫੈਕਟਿਵ ਲੀਡਰਸ਼ਿਪ ਨਹੀਂ ਹੈ ਰਾਈਟ ਲੀਡਰਸ਼ਿਪ ਹੈ ਜਿਹੜੀ ਉਹ ਸ਼ਾਇਦ ਇਸ ਤੋਂ ਵਧੀਆ ਹੋਵੇ ਤਾਂ ਅਸੀਂ ਹੁਣ ਚਾਹੇ ਅਕਾਲ ਤਖ਼ਤ 'ਤੇ ਅਸੀਂ ਝਾਤੀ ਮਾਰੀਏ ਰਾਈਟ ਚਾਹੇ ਐਸ ਜੀ ਪੀ ਸੀ 'ਤੇ ਮਾਰੀਏ ਜਾਂ ਹੋਰ ਵੀ ਜਿਹੜੇ ਸਿੱਖਾਂ ਦੇ ਲੀਡਰ ਨੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਵਿੱਚ ਸਾਨੂੰ ਵਧੀਆ ਲੀਡਰ ਚੁਣਨੇ ਚਾਹੀਦੇ ਨੇ ਐਬਸੋਲੂਟਲੀ ਤਾਂ ਕਿ ਉਹ ਲੀਡਰ ਨੇ ਜਿਹੜੇ ਵਿਜ਼ਨ ਵਧੀਆ ਦੇ ਸਕਣ ਵਧੀਆ ਅਪਰੋਚ ਨਜ਼ਰ ਨਹੀਂ ਆਉਂਦੀ ਅਤੇ ਵਧੀਆ ਸਟ੍ਰੈਟਜੀ ਬਣਾ ਸਕਣ ਸਾਡੇ ਬਿਹਾਫ 'ਤੇ ਵੈਰੀ ਟਰੂ ਇਸ ਤੋਂ ਇਲਾਵਾ ਆਈ ਫਾਈਂਡ ਆਊਟ ਕਿ ਜਿਹੜੇ ਇਫੈਕਟਿਵ ਇੰਸਟੀਟਿਊਸ਼ਨ ਨੇ ਅਸੀਂ ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਲੈਕ ਕਰ ਰਹੇ ਹਾਂ ਰਾਈਟ ਚਾਹੇ ਉਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਚਾਹੇ ਧਾਰਮਿਕ ਇੰਸਟੀਟਿਊਸ਼ਨ ਨੇ ਐਨ ਜੀ ਓਜ਼ ਨੇ ਹਿਊਮਨ ਰਾਈਟ ਦੀ ਆਰਗੇਨਾਈਜੇਸ਼ਨ ਇੱਕ ਪਾਸੇ ਤਾਂ ਅਸੀਂ ਹਿਊਮਨ ਰਾਈਟ ਦਾ ਬਹੁਤ ਰੌਲਾ ਪਾਉਂਦੇ ਹਾਂ ਰਾਈਟ ਕਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਜਿਹੜੀ ਐਮਨਸਟੀ ਇੰਟਰਨੈਸ਼ਨਲ ਦੇ ਬਰਾਬਰ ਦੀ ਹੈ ਠੀਕ ਜਾਂ ਹਿਊਮਨ ਰਾਈਟ ਦੀ ਇੰਟਰਨੈਸ਼ਨਲ ਵਰਲਡ ਲੈਵਲ ਦੀ ਹੈ ਜਿਹੜੀ ਯੂਨਾਈਟਡ ਨੇਸ਼ਨ ਨਾਲ ਜਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨਾਲ ਲਾਭ ਕਰ ਸਕੇ ਰਾਈਟ ਸੋ ਸਾਡੇ ਜਿਹੜੇ ਓਵਰਆਲ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਅਸੀਂ ਸਟਰੋਂਗਲੀ ਬਿਲਡ ਅਪ ਕਰਨ ਦੇ ਵਿੱਚ ਅਸਮਰੱਥ ਹਾਂ ਰਾਈਟ ਸਾਨੂੰ ਅਟੈਂਸ਼ਨ ਪੇ ਕਰਨੀ ਚਾਹੀਦਾ ਐਜ਼ ਅ ਕਮਿਊਨਿਟੀ ਮੇਰੇ ਤੇ ਵੀ ਭਾਰ ਆ ਮੋਢਿਆਂ ਤੇ ਤੁਹਾਡੇ ਵੀ ਤੇ ਸਾਰਿਆਂ ਦੇ ਉੱਤੇ ਸੋ ਰਲ ਮਿਲ ਕੇ ਇਸ ਤੋਂ ਬਿਨਾਂ ਫਨੈਟਿਸਿਜ਼ਮ ਅਸੀਂ ਕਈ ਵਾਰੀ ਇੱਕ ਮੁੱਦੇ ਨੂੰ ਭੁੱਲ ਜਾਂਦੇ ਹਾਂ ਤੇ ਜਿਹੜਾ ਫਨੈਟਿਕ ਐਟੀਟਿਊਡ ਆ ਉਹਦੀ ਆੜ ਲੈ ਕੇ ਮੁੱਦੇ ਤੋਂ ਖੁੰਝ ਜਾਂਦੇ ਆ ਇਮੋਸ਼ਨਲੀ ਸਰਚਾਰਜ ਹੋ ਕੇ ਕੁਝ ਦੇਰ ਲਈ ਉਸ ਇਸ਼ੂ ਨੂੰ ਲੈ ਕੇ ਅੱਗੇ ਆ ਜਾਂਦੇ ਫਿਰ ਉਹ ਫੁੱਸ ਹੋ ਜਾਂਦਾ ਹਾਂਜੀ ਸਾਨੂੰ ਚਾਹੀਦਾ ਕਿ ਅਸੀਂ ਮੁੱਦਿਆਂ ਦੇ ਉੱਤੇ ਫੋਕਸ ਕਰੀਏ ਰਾਈਟ ਜਿਹੜੀ ਫਨੈਟਿਸਿਜ਼ਮ ਇਹ ਜ਼ਮਾਨਾ ਜਿਹੜਾ 21ਵੀਂ ਸਦੀ ਹੈ ਇਹ ਫਨੈਟਿਸਿਜ਼ਮ ਦਾ ਜ਼ਮਾਨਾ ਨਹੀਂ ਹੈ ਉਹਦੀ ਸਦੀ ਨਹੀਂ ਉਹ ਸਮਾਂ ਲੰਘ ਚੁੱਕਿਆ ਲੈਟਸ ਮੂਵ ਫਾਰਵਰਡ ਵਿਦ ਦ ਵਰਲਡ ਰਾਈਟ ਲੈਟਸ ਮੂਵ ਫਾਰਵਰਡ ਇਨ ਦਾ ਰਾਈਟ ਡਾਇਰੈਕਸ਼ਨ ਰਾਈਟ ਫਿਰ ਇਸ ਤੋਂ ਬਿਨਾਂ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬੜੀ ਮਾੜੀ ਗੱਲ ਹੈ ਕਿ ਇਨ ਫਾਈਟਿੰਗ ਬਹੁਤ ਹੁੰਦੀ ਹੈ ਕਿਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇਖ ਲਓ ਜੀ ਉਹਨਾਂ ਨੂੰ ਜਦੋਂ ਇੱਕ ਕਮੇਟੀ ਹਾਰ ਜਾਂਦੀ ਹੈ ਜੀ ਤਾਂ ਵਕੀਲਾਂ ਨੂੰ $3.5 lakh ਅਸੀਂ ਦਿੰਦੇ ਹਾਂ ਬਿਲਕੁਲ ਮੈਂ ਤਾਂ ਕਈ ਵਾਰੀ ਕਹਿਣਾ ਕਿ ਸਾਨੂੰ ਅਫਸੋਸ ਹੁੰਦਾ ਕਿ ਜਿਹੜਾ ਅਸੀਂ ਮੱਥਾ ਗੁਰੂ ਗ੍ਰੰਥ ਸਾਹਿਬ ਸਾਹਮਣੇ ਟੇਕਦੇ ਹਾਂ ਬਿਲਕੁਲ ਐਕਚੁਅਲੀ ਤਾਂ ਵਕੀਲਾਂ ਸਾਹਮਣੇ ਟੇਕਦੇ ਹਾਂ ਸਹੀ ਗੱਲ ਹੈ ਉਹ ਪੈਸੇ ਤਾਂ ਵਕੀਲਾਂ ਕੋਲ ਹੀ ਜਾਂਦੇ ਨੇ ਰਾਈਟ ਸੋ ਇਸ ਇਨ ਫਾਈਟਿੰਗ ਤੋਂ ਸਾਨੂੰ ਬਿਲਕੁਲ ਕਰਨੀ ਚਾਹੀਦੀ ਹਟਣਾ ਚਾਹੀਦਾ ਇਰਾਦਾ ਰਾਈਟ ਮੈਂ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਕਮਿਊਨਿਟੀ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਆਪਣੇ ਵੱਲੋਂ ਕਿ ਜਿੰਨਾ ਚਿਰ ਅਸੀਂ ਇਨਫਾਈਟਿੰਗ ਨਹੀਂ ਛੱਡਦੇ ਅਸੀਂ ਅੱਗੇ ਮੂਵ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਇੱਕ ਦੂਜੇ ਨਾਲ ਜੈਲਸੀ ਨਹੀਂ ਛੱਡਦੇ ਉਹਨਾਂ ਚਿਰ ਅਸੀਂ ਅੱਗੇ ਮੂਵ ਨਹੀਂ ਕਰ ਸਕਦੇ ਸਮਾਂ ਆ ਗਿਆ ਕਿ ਅਸੀਂ ਇਕੱਠੇ ਹੋਈਏ ਅਤੇ ਇੱਕ ਯੂਨਾਈਟਿਡ ਕਮਿਊਨਿਟੀ ਦੇ ਤੌਰ 'ਤੇ ਪ੍ਰੋਸੀਡ ਕਰੀਏ ਇਸ ਤੋਂ ਬਿਨਾਂ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਯੂਥ ਅਸੀਂ ਉਹਨਾਂ ਨਾਲ ਕੰਪੈਰੇਟਿਵਲੀ ਡਿਸਕਨੈਕਟਡ ਆ ਐਬਸੋਲੂਟਲੀ ਜਿਹੜੀ ਤੁਹਾਡੀ ਮੇਰੀ ਜਨਰੇਸ਼ਨ ਆ ਸ਼ਾਇਦ ਅਸੀਂ ਥੋੜ੍ਹੇ ਜਿਹੇ ਉਹਨਾਂ ਨਾਲ ਲਿੰਕਡ ਹੈਗੇ ਹਾਂ ਰਾਈਟ ਜਿਹੜੀ ਸਾਤੋਂ ਸਾਡੇ ਸੀਨੀਅਰਸ ਨੇ ਉਹ ਕੰਪਲੀਟਲੀ ਡਿਸਕਨੈਕਟਡ ਨੇ ਰਾਈਟ ਸਾਨੂੰ ਇੱਦਾਂ ਦਾ ਰਾਫਤਾ ਕਾਇਮ ਕਰਨਾ ਪਊਗਾ ਕਿ ਅਸੀਂ ਉਹਨਾਂ ਦੇ ਇਨਵਾਇਰਮੈਂਟ ਨੂੰ ਅੰਡਰਸਟੈਂਡ ਕਰਕੇ ਆਪਣੇ ਜਿਹੜੇ ਵਿਚਾਰਧਾਰਾ ਉਹਨਾਂ ਦੀ ਇਨਵਾਇਰਮੈਂਟ ਦੇ ਵਿੱਚ ਅਡਾਪਟ ਕਰਕੇ ਉਹਨਾਂ ਦੇ ਉਹਨਾਂ ਨੂੰ ਘੋਲ ਕੇ ਪਲਾਈਏ ਤਾਂ ਕਿ ਉਹ ਉਸ ਚੀਜ਼ ਨੂੰ ਚੰਗੇ ਤਰੀਕੇ ਨਾਲ ਸਮਝ ਸਕਣ ਅਤੇ ਕਨੈਕਟਡ ਰਹਿਣ ਰਾਈਟ ਫਿਰ ਜਿਹੜੀ ਸਾਡੇ ਪ੍ਰੀਚਰਸ ਆਉਂਦੇ ਨੇ ਬਾਹਰ ਉਹਨਾਂ ਦੀ ਕੁਆਲਿਟੀ ਜਿਹੜੀ ਕੰਪੈਰੇਟਿਵਲੀ ਮਾੜੀ ਹੈ ਸਾਰਿਆਂ ਦੀ ਨਹੀਂ ਕਈਆਂ ਦੀ ਜੀ ਰਾਦਰ ਮੈਜੋਰਿਟੀ ਦੀ
ਉਹਦੇ ਤੇ ਵਰਕਆਊਟ ਕਰਨ ਦੀ ਲੋੜ ਹੈ ਕਿ ਜਿਹੜੇ ਸਾਡੇ ਪ੍ਰੀਚਰਸ ਬਾਹਰ ਜਾਂਦੇ ਨੇ ਜਾਂ ਸਾਡੇ ਇੰਡੀਆ ਦੇ ਵਿੱਚ ਵੀ ਪ੍ਰੀਚਰਸ ਨੇ ਉਹਨਾਂ ਦੀ ਕੁਆਲਿਟੀ ਵਧੀਆ ਬਣਾਈ ਜਾਵੇ ਠੀਕ ਸਾਡੇ ਇੰਸਟੀਟਿਊਸ਼ਨ ਨੇ ਜਿਹੜੇ ਉਹਨਾਂ ਨੂੰ ਪ੍ਰੋਪਰਲੀ ਟ੍ਰੇਨ ਅਪ ਕਰਨ ਸੋ ਇਸ ਤਰ੍ਹਾਂ ਦੇ ਬੜੇ ਇਹ ਜਿਹੜੇ ਹੈਗੇ ਨੇ ਇਹ ਚੈਲੰਜਸ ਨੇ ਜਿਨ੍ਹਾਂ ਦਾ ਸਾਨੂੰ ਫੇਸ ਕਰਨ ਦੀ ਜ਼ਰੂਰਤ ਹੈ ਇਹ ਤੁਸੀਂ ਪੁਆਇੰਟਸ ਜਿਹੜੇ ਨੇ ਸਾਰੇ ਹੀ ਰੈਲੇਵੈਂਟ ਪੁਆਇੰਟਸ ਨੂੰ ਤੁਸੀਂ ਟੱਚ ਕੀਤਾ ਅਤੇ ਖਾਸ ਤੌਰ 'ਤੇ ਜਿਹੜੀ ਤੁਸੀਂ ਪ੍ਰੀਚਿੰਗ ਦੀ ਗੱਲ ਕੀਤੀ ਅਲਟੀਮੇਟਲੀ ਤਾਂ ਅਸੀਂ ਦੇਖਦੇ ਹਾਂ ਕਿ ਸਿੱਖੀ ਵਿੱਚ ਪ੍ਰੀਚਿੰਗ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਇਹ ਤਾਂ ਇਟ ਵਾਜ਼ ਅ ਵੇ ਆਫ ਲਾਈਫ ਕਿ ਤੁਹਾਡਾ ਕਰੈਕਟਰ ਜਿਹੜਾ ਸੀ ਉਹ ਡਿਪਿਕਟ ਕਰਦਾ ਸੀ ਅਤੇ ਲੋਕ ਉਸਨੂੰ ਐਮੂਲੇਟ ਕਰਦੇ ਸਨ ਪਰ ਹੁਣ ਜਿੱਥੇ ਪ੍ਰਚਾਰਕਾਂ ਦੀ ਗੱਲ ਕਰਦੇ ਹਾਂ ਅਸੀਂ ਅੱਜ ਨੌਜਵਾਨਾਂ ਦਾ ਵੀ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਅਸੀਂ ਉਹਨਾਂ ਨੂੰ ਨਹੀਂ ਜੋੜ ਸਕ ਰਹੇ ਗੁਰਦੁਆਰੇ ਨਾਲ ਕਿਉਂਕਿ ਉਹਨਾਂ ਦਾ ਵੀ ਅਸੀਂ ਵੀ ਜਿਹੜਾ ਇੱਕ ਗੁਰਦੁਆਰੇ ਨੂੰ ਬਣਾ ਲਿਆ ਸਿਰਫ ਇੱਕ ਸੈਂਟਰ ਕਿ ਸੈਟਰਡੇ ਸੰਡੇ ਨੂੰ ਗਏ ਜਾਂ ਕੋਈ ਸੋਸ਼ਲ ਆਬਲੀਗੇਸ਼ਨ ਹੋਈ ਉਹ ਪੂਰੀ ਕੀਤੀ ਉਹ ਐਂਗਲ ਲੈ ਲਿਆ ਹੈਗਾ ਸੋ ਹੁਣ ਇਸ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਇੰਗਲਿਸ਼ ਦੀ ਕਿੰਨੀ ਕੁ ਇੰਪੋਰਟੈਂਸ ਹੈਗੀ ਖਾਸ ਤੌਰ 'ਤੇ ਉਸ ਕਨੈਕਸ਼ਨ ਨੂੰ ਦੁਬਾਰਾ ਜੋੜਨ ਲਈ ਨੌਜਵਾਨਾਂ ਦੇ ਨਾਲ ਕੁਛ ਚੀਜ਼ਾਂ ਨੇ ਜਿਹੜੀਆਂ ਮੈਂ ਇਹਨਾਂ ਚੀਜ਼ਾਂ ਦੇ ਹੱਲ ਦੇ ਸੰਬੰਧ ਵਿੱਚ ਅਤੇ ਅਦਰਵਾਈਜ਼ ਜਨਰਲੀ ਸ਼ੇਅਰ ਕਰਨੀ ਚਾਹੁੰਦਾ ਤੁਹਾਡਾ ਪੁਆਇੰਟ ਬੜਾ ਵੈਲਿਡ ਹੈ ਅਤੇ ਉਹਨੂੰ ਮੈਂ ਇਸ ਢੰਗ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਸਾਨੂੰ ਬਾਕਸ ਤੋਂ ਬਾਹਰ ਦੇਖਣ ਦੀ ਜ਼ਰੂਰਤ ਹੈ ਐਜ਼ ਅ ਕਮਿਊਨਿਟੀ ਅਸੀਂ ਜੇ 161 ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਜੀ ਪੰਜਾਬ ਤੋਂ ਬਾਅਦ ਸਾਡੀ ਪਾਪੂਲੇਸ਼ਨ ਇਸ ਵੇਲੇ ਡਾਇਸਪੋਰਾ ਬਾਹਰ ਰਹਿੰਦੇ ਹਾਂ ਅਤੇ ਸਾਨੂੰ ਆਪਣੇ ਆਪ ਨੂੰ ਬਾਹਰਲੇ ਪੁਆਇੰਟ ਆਫ ਵਿਊ ਨਾਲ ਦੇਖਣਾ ਚਾਹੀਦਾ ਜਿਹੜੇ ਜਿਹੜੇ ਕੰਟਰੀਆਂ ਵਿੱਚ ਅਸੀਂ ਰਹਿੰਦੇ ਹਾਂ ਬੜੀਆਂ ਅਕੰਪਲਿਸ਼ਮੈਂਟਸ ਕੀਤੀਆਂ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਉੱਥੋਂ ਦੇ ਨਾਗਰਿਕਤਾ ਦੇ ਨਾਲ ਉੱਥੋਂ ਦੇ ਸਿਟੀਜ਼ਨ ਦੇ ਨਾਲ ਸਿਟੀਜ਼ਨਰੀ ਦੇ ਨਾਲ ਅਸੀਂ ਉਹਨਾਂ ਦੇ ਵਿੱਚ ਇੰਟੀਗ੍ਰੇਟ ਕਰੀਏ ਅਤੇ ਉਹਨਾਂ ਦੇ ਨੂੰ ਪ੍ਰੋਪਰਲੀ ਐਜੂਕੇਟ ਕਰੀਏ ਰਾਈਟ ਬਾਕਸ ਤੋਂ ਬਾਹਰ ਦੇਖੀਏ ਇੱਦਾਂ ਦੇ ਰਿਸੋਰਸਿਸ ਅਸੀਂ ਕ੍ਰੀਏਟ ਕਰੀਏ ਕਿ ਅਸੀਂ ਉਹਨਾਂ ਨੂੰ ਪ੍ਰੋਪਰਲੀ ਐਜੂਕੇਟ ਕਰੀਏ ਸੋਸ਼ਲ ਮੀਡੀਆ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰੀਏ ਮੇਨ ਸਟ੍ਰੀਮ ਮੀਡੀਆ ਨੂੰ ਯੂਟੀਲਾਈਜ਼ ਕਰੀਏ ਤੁਸੀਂ ਕਿੰਨੀ ਵਾਰੀ ਇੰਟਰਨੈਸ਼ਨਲ ਜਿਹੜੇ ਨਿਊਜ਼ ਪੇਪਰ ਨੇ ਜਾਂ ਗਲੋਬ ਐਂਡ ਮੇਲ ਆ ਹੁਣ ਮਿਲਵਾਕੀ ਦੀ ਘਟਨਾ ਤੋਂ ਬਾਅਦ ਵੀ ਤੁਸੀਂ ਵਾਸ਼ਿੰਗਟਨ ਪੋਸਟ 'ਚ ਕੋਈ ਐਡ ਦੇਖੀਏ ਸਾਡੀ ਤੁਸੀਂ ਕਿਸੇ ਗਲੋਬ ਐਂਡ ਮੇਲ ਦੇ ਵਿੱਚ ਨੈਸ਼ਨਲ ਪੋਸਟ ਵਿੱਚ ਕਿਸੇ ਸਾਡੀ ਕੋਈ ਐਡ ਦੇਖੀ ਹੈ ਸੋ ਮੈਂ ਇਹ ਬਿਲੀਵ ਕਰਦਾ ਕਿ ਸਾਨੂੰ ਮੇਨ ਸਟ੍ਰੀਮ ਮੀਡੀਆ ਜਾਣ ਦੀ ਜ਼ਰੂਰਤ ਹੈ ਇੱਥੇ ਤੱਕ ਵੀ ਕਿ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜੀ ਅਸੀਂ ਉਹਨਾਂ 'ਤੇ ਸੋਨਾ ਲਾਉਂਦੇ ਹਾਂ ਮਾਰਬਲ ਲਾਉਂਦੇ ਹਾਂ ਸੰਗਮਰਮਰ ਲਾਉਂਦੇ ਹਾਂ ਜੀ ਸਾਨੂੰ ਲੱਗੀ ਤਾਂ ਚੰਗੀ ਲੱਗਦੀ ਹੈ ਜੀ ਪਰ ਇਹ ਸਮਾਂ ਆ ਗਿਆ ਕਿ ਅਸੀਂ ਆਪਣੇ ਆਪ ਨੂੰ ਰੀਵੈਲਿਊ ਕਰੀਏ ਰਾਈਟ ਇਵੈਲਿਊਏਟ ਕਰਕੇ ਦੁਬਾਰਾ ਦੇਖੀਏ ਰਿਵਿਊ ਕਰੀਏ ਕਿ ਕੀ ਸਾਡਾ ਉਹ ਰਿਸੋਰਸ ਸੰਗਮਰਮਰ ਅਤੇ ਸੋਨੇ ਦੇ ਰੂਪ ਦੇ ਵਿੱਚ ਵੈਲ ਇਨਵੈਸਟਡ ਹੈ ਰਾਈਟ ਕਿ ਜਾਂ ਅਸੀਂ ਉਸ ਰਿਸੋਰਸ ਨੂੰ ਐਜੂਕੇਸ਼ਨ ਦੇ ਵਿੱਚ ਲਾ ਕੇ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਲਾ ਕੇ ਬੈਟਰ ਇੰਟੀਗ੍ਰੇਟ ਕਰ ਸਕਦੇ ਹਾਂ ਬੈਟਰ ਐਜੂਕੇਟ ਕਰ ਸਕਦੇ ਹਾਂ ਰਾਈਟ ਸੋ ਇਹਨਾਂ ਚੀਜ਼ਾਂ ਦੀ ਸਾਨੂੰ ਫੋਕਸ ਕਰਨ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਡਿਫਰੈਂਸਿਸ 'ਤੇ ਬੜਾ ਇਲੈਬੋਰੇਟ ਕਰਦੇ ਹਾਂ ਰਾਈਟ ਪਰ ਸਾਡੀਆਂ ਜਿਹੜੀ ਸਿਮਿਲੈਰਿਟੀਜ਼ ਨੇ ਉਹਨਾਂ ਦੇ ਅਸੀਂ ਕਦੇ ਕੇਅਰ ਹੀ ਨਹੀਂ ਕਰਦੇ ਰਾਈਟ ਸੋ ਮੈਂ ਬਿਲੀਵ ਕਰਦਾ ਕਿ ਸਾਨੂੰ ਆਪਣੇ ਡਿਫਰੈਂਸਿਸ ਨੂੰ ਘੱਟ ਟੱਚ ਕਰਨਾ ਚਾਹੀਦਾ ਸਾਡੀਆਂ ਜਿਹੜੀ ਸਿਮਿਲੈਰਿਟੀਜ਼ ਨੇ ਰਾਈਟ ਉਹਨਾਂ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਤਾਂ ਕਿ ਅਸੀਂ ਪ੍ਰੀਕਰਸਰ ਬਿਲਡ ਕਰ ਸਕੀਏ ਰਾਈਟ ਆਪਣੇ ਆਪ ਨੂੰ ਯੂਨਾਈਟ ਕਰਨ ਦੇ ਲਈ ਆਪਣੇ ਰਿਸੋਰਸਿਸ ਨੂੰ ਇਫੈਕਟਿਵਲੀ ਯੂਟੀਲਾਈਜ਼ ਕਰਨ ਦੇ ਲਈ ਰਾਈਟ ਅਤੇ ਸਟ੍ਰੈਟਜੀ ਬਣਾ ਕੇ ਅਸੀਂ ਫਿਊਚਰ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਰਹਿ ਸਕੀਏ ਚਾਹੇ ਅਸੀਂ ਹੁਣ ਕੈਨੇਡਾ ਡੇ ਮਨਾਉਣਾ ਜਾਂ ਕੱਲ੍ਹ ਪਰਸੋਂ ਨੂੰ ਅਸੀਂ ਰਿਮੈਂਬਰੈਂਸ ਡੇ ਮਨਾਉਣਾ ਜੀ ਅਤੇ ਉਹਦੇ ਵਿੱਚ ਕਿੰਨੀ ਕੁ ਸਾਡੀ ਪਾਰਟੀਸਪੇਸ਼ਨ ਹੈ ਸਾਡੀ ਕਿੰਨੀ ਕੁ ਅਸੀਂ ਉਹ 'ਚ ਯੋਗਦਾਨ ਪਾਉਂਦੇ ਹਾਂ ਐਬਸੋਲੂਟਲੀ ਅਸੀਂ ਕਿੰਨਾ ਕੁ ਪੀਸਫੁਲੀ ਵਧੀਆ ਸਿਟੀਜ਼ਨ ਗਲੋਬਲ ਵਿਲੇਜ ਦੇ ਵਿੱਚ ਬਣ ਕੇ ਰਹਿ ਰਹੇ ਹਾਂ ਇੰਟੈਗਰੇਟ ਨਹੀਂ ਹੋ ਰਹੇ ਹਾਂ ਇੰਟੈਗਰੇਟ ਵੀ ਨਹੀਂ ਹੋ ਰਹੇ ਅਤੇ ਆਪਣੇ ਆਪ ਨੂੰ ਸਾਨੂੰ ਇਹਨਾਂ ਵੈਲਿਊਜ਼ ਦੇ ਨਾਲ ਇਹਨਾਂ ਦੇ ਅਨੁਕੂਲ ਬਣਾ ਕੇ ਰਾਈਟ ਵਧੀਆ ਤਰੀਕੇ ਦੇ ਨਾਲ ਇਹਨਾਂ ਕਮਿਊਨਿਟੀਆਂ ਦੇ ਵਿੱਚ ਰਹਿ ਕੇ ਪੀਸਫੁਲੀ ਸਟ੍ਰੈਟੇਜਿਕਲੀ ਅਤੇ ਵਧੀਆ ਤਰੀਕੇ ਨਾਲ ਪਾਰਟੀਸਪੇਟ ਕਰਕੇ ਰਾਈਟ ਇਸ ਗਲੋਬਲ ਵਿਲੇਜ ਨੂੰ ਵਧੀਆ ਬਣਾਉਣ ਦੇ ਵਿੱਚ ਅਸੀਂ ਕੰਟਰੀਬਿਊਟ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਤੇ ਫੋਕਸ ਕਰਨ ਦੀ ਲੋੜ ਬਹੁਤ ਖੂਬ ਤੁਸੀਂ ਜਿਹੜੇ ਚੈਲੰਜਸ ਦੇ ਬਾਰੇ ਜ਼ਿਕਰ ਕੀਤਾ ਦੇ ਨਾਲ ਸੋਲੂਸ਼ਨਸ ਨੂੰ ਵੀ ਤੁਸੀਂ ਐਲੈਬੋਰੇਟ ਕੀਤਾ ਧੰਨਵਾਦ ਇਹਨਾਂ ਆਸ ਕਰਦੇ ਹਾਂ ਕਿ ਇਹੋ ਜਿਹੀਆਂ ਹੋਰ ਡਿਸਕਸ਼ਨਸ ਹੋਣ ਅਤੇ ਅਸੀਂ ਚੰਗੇ ਤਰੀਕੇ ਨਾਲ ਸਾਰੇ ਰਲ ਮਿਲ ਕੇ ਕਿਉਂਕਿ ਆਫਟਰ ਆਲ ਇੰਡੀਵਿਜੁਅਲੀ ਤਾਂ ਅਸੀਂ ਬਹੁਤ ਸਕਸੈਸਫੁਲ ਹੋ ਗਏ ਪਰ ਕਲੈਕਟਿਵਲੀ ਇਸ ਸਮੇਂ ਅਸੀਂ ਫੇਲ ਹੋ ਰਹੇ ਹਾਂ ਜੇਕਰ ਅਸੀਂ ਇਹਨਾਂ ਦੇ ਉੱਤੇ ਡਾਇਲੋਗ ਸ਼ੁਰੂ ਨਹੀਂ ਕਰਾਂਗੇ ਤਾਂ ਐਂਡ ਰਿਜ਼ਲਟ ਇਹਦਾ ਮਾੜਾ ਹੀ ਹੋਏਗਾ ਧੰਨਵਾਦ ਐਂਡ ਬੈਸਟ ਵਿਸ਼ਸ ਥੈਂਕ ਯੂ ਵੈਰੀ ਮੱਚ ਜੇ ਅਸੀਂ ਕੁਝ ਲੇਟ ਹੋ ਗਏ ਤਾਂ ਸ਼ਾਇਦ ਵੀ ਵਿਲ ਬੀ ਲਿਟਲ ਟੂ ਲੇਟ ਐਬਸੋਲੂਟਲੀ ਥੈਂਕ ਯੂ ਵੈਰੀ ਮੱਚ ਫॉर ਰੇਜ਼ਿੰਗ ਥੈਂਕ ਯੂ ਜੀ ਸੋ ਅੱਜ ਇਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਜੀ ਗੁਰਮੰਤ ਸਿੰਘ ਗਰੇਵਾਲ ਨੇ ਬੜੇ ਹੀ ਇਹ ਜਿਹੜੇ ਇੰਪੋਰਟੈਂਟ ਪਰਟੀਨੈਂਟ ਪੁਆਇੰਟਸ ਨੂੰ ਰੇਜ਼ ਕੀਤਾ ਹੈਗਾ ਇਹਦੇ ਉੱਤੇ ਸਾਨੂੰ ਸਭ ਨੂੰ ਸੁਚੇਤ ਹੋਣਾ ਪਏਗਾ ਤੇ ਆਪ ਇਲੈਕਟਿਵਲੀ ਇੰਡੀਵਿਜੁਅਲ ਲੈਵਲ ਉੱਤੇ ਸ਼ੁਰੂਆਤ ਕਰਕੇ ਕਲੈਕਟਿਵ ਤੌਰ ਦੇ ਉੱਤੇ ਇਹਨਾਂ ਮੁੱਦਿਆਂ ਨੂੰ ਅੱਗੇ ਲੈਣਾ ਹੋਏਗਾ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਲੇਕਿਨ ਇਸੀ ਮੁੱਦੇ ਨੂੰ ਅਸੀਂ ਅੱਗੇ ਤੋਰਾਂਗੇ ਲੇਕਿਨ ਸਾਡੇ ਨਾਲ ਸਾਂਝ ਪਾਣਗੇ ਸਿੱਖ ਰਿਸਰਚ ਇੰਸਟੀਚਿਊਟ ਦੇ ਚੀਫ ਐਗਜ਼ੀਕਟਿਵ ਅਫਸਰ ਹਰਿੰਦਰ ਸਿੰਘ ਜਿਹੜੇ ਕਿ ਗੱਲਬਾਤ ਕਰ ਰਹੇ ਨੇ ਕਿ ਇਹ ਚੈਲੰਜਸ ਜਿਹੜੇ ਅਸੀਂ ਫੇਸ ਕਰ ਰਹੇ ਹਾਂ ਰਿਲੀਜੀਅਸ ਪੁਆਇੰਟ ਤੋਂ ਉਹਨਾਂ ਨਾਲ ਕਿਵੇਂ ਅਸੀਂ ਡੀਲ ਕਰਨਾ ਹੈ ਵੇਖਦੇ ਰਹੋ ਦ ਹਰਪ੍ਰੀਤ ਸਿੰਘ ਸ਼ੋਅ